ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਜਗਤਾਰ ਸਿੰਘ ਧਨੌਲਾ ਕਿੱਥੋਂ ਆਏ ਧਨੌਲਾ ਹੀ ਪਿੰਡ ਹੈ ਜੀ ਮੇਰਾ ਅੱਜ ਸਰ ਮੀਟਿੰਗ ਬਿੱਧੀ ਗਈ ਹੈ ਇੱਕ ਸ਼ਾਹੀ ਸਪੋਰਟਸ ਕਾਲਜ ਵਿੱਚ ਕਿਸ ਵੰਗ ਚੋਂ ਕੀਤੀ ਗਈ ਹੈ ਤੇ ਕਾਫੀ ਕੋਚਾਂ ਨੇ ਤੇ ਨਵੇਂ ਕੋਚਾਂ ਨੇ ਤਿਆਰ ਹੋ ਕੇ ਗੱਲ ਕੀਤੀ ਸੀ ਵੀ ਕਬੱਡੀ ਵਿੱਚ ਕਾਫੀ ਜਿੱਦਾਂ ਮੁੰਡਿਆਂ ਦੀ ਡੈਥ ਹੋ ਚੁੱਕੀ ਹੈ ਉਹ ਸੋਚਦੇ ਆ ਵੀ ਉਹ ਸਟੀਰਾਇਡ ਵਗੈਰਾ ਲਾ ਕੇ ਖੇਡਦੇ ਆ ਵੀ ਉਹਦੇ ਨਾਲ ਹਾਰਟ ਅਟੈਕ ਵਗੈਰਾ ਹੋ ਰਹੇ ਆ ਵੀ ਕੋਈ ਉਪਰਾਲਾ ਕੀਤਾ ਜਾਵੇ ਵੀ ਇਹਦੇ ਵਿੱਚੋਂ ਕਬੱਡੀ ਚੋਂ ਆਪਾਂ ਸਟੀਰਾਇਡ ਵਗੈਰਾ ਜਾਂ ਕੋਈ ਹੋਰ ਪਲੇਅਰ ਨਸ਼ਾ ਕਰਕੇ ਖੇਡਦਾ ਵੀ ਉਹਨੂੰ ਕੰਟਰੋਲ ਕੀਤਾ ਜਾਵੇ ਨਵੇਂ ਸਿਰੇ ਤੋਂ ਕਬੱਡੀ ਦੀ ਸ਼ੁਰੂਆਤ ਕੀਤੀ ਜਾਵੇ ਜਿਹੜੇ ਨਵੇਂ ਪਲੇਅਰ ਉੱਠ ਰਹੇ ਹੈ ਵੀ ਉਹਨਾਂ ਨੂੰ ਕਿਸੇ ਤਰੀਕੇ ਨਾਲ ਆਪਾਂ ਤਿਆਰ ਕਰੀਏ ਵੀ ਉਹ ਇਸ ਪਾਸੇ ਨੂੰ ਨਾ ਜਾਣ ਸਟੀਰੋਇਡ ਲੈਣ ਦਾ ਕਾਰਨ ਕੀ ਹੁੰਦਾ ਜੀ ਬੋਡੀ ਦੇ ਵਿੱਚ ਕੀ ਹੁੰਦਾ ਸਟੀਰੋਇਡ ਲੈਣ ਦਾ ਸਟੀਰੋਇਡ ਦਾ ਇਹ ਹੁੰਦਾ ਵੀ ਇਹ ਪਾਵਰ ਵਾਸਤੇ ਲੈ ਰਹੇ ਆ ਪਲੇਅਰ ਪਰ ਇਹਦੇ ਸਾਈਡ ਇਫੈਕਟ ਬਹੁਤ ਜ਼ਿਆਦਾ ਹੁੰਦੇ ਆ ਬਿਹਤਰ ਤਾਂ ਇਹਦੇ ਬਾਰੇ ਡਾਕਟਰ ਦੱਸ ਸਕਦੇ ਆ ਸਾਨੂੰ ਤਾਂ ਜਿੱਦਾਂ ਮੋਟਾ ਮੋਟਾ ਪਤਾ ਵੀ ਇਹਦੇ ਨਾਲ ਆਪਾਂ ਨੂੰ ਕਿਡਨੀਆਂ ਡੈਮੇਜ ਹੋ ਸਕਦੀਆਂ ਲੀਵਰ ਤੇ ਨੁਕਸ ਪੈ ਸਕਦਾ ਤੇ ਹੋਰ ਤੁਹਾਡੇ ਜਿਵੇਂ ਕਹਿ ਲਈਏ ਕਾਫੀ ਪ੍ਰੋਬਲਮ ਆ ਸਕਦੀ ਆ ਤੁਹਾਡੀ ਆਉਣ ਵਾਲੀ ਜਦ ਤੁਸੀਂ ਥੋੜ੍ਹੀ ਜਿਹੀ ਏਜ ਹੋ ਜਾਂਦੀ ਹੈ ਤਾਂ ਉਹਦੇ ਵਿੱਚ ਜਾ ਕੇ ਹੋਰ ਵੀ ਕਈ ਸਮੱਸਿਆ ਆ ਸਕਦੀਆਂ ਤੁਹਾਡੀ ਬੋਡੀ ਤੇ ਪਲੇਅਰ ਬਣਨ ਵਾਸਤੇ ਨਹੀਂ ਤੁਹਾਨੂੰ ਬਹੁਤ ਹਾਰਡ ਵਰਕ ਕਰਨਾ ਪੈਂਦਾ ਹੈ ਅੱਜ ਕੱਲ੍ਹ ਪਤਾ ਨਹੀਂ ਜ਼ਮਾਨਾ ਹੀ ਮਾਡਰਨ ਹੋ ਗਿਆ ਕੋਈ ਹਾਰਡ ਵਰਕ ਕਰਕੇ ਰਾਜੀ ਨਹੀਂ ਹੈਗਾ ਤੇ ਤੁਸੀਂ ਗਰਾਊਂਡ ਦਾ ਹਾਰਡ ਵਰਕ ਕਰਦੇ ਆ ਤਾਂ ਤੁਸੀਂ ਜਾ ਕੇ ਕਈ ਸਾਲਾਂ 'ਚ ਪਲੇਅਰ ਬਣਦੇ ਆ ਪਲੇਅਰ ਹੁਣ ਸ਼ਾਰਟਕੱਟ ਰਸਤੇ 'ਚ ਹੋਏ ਹੋਏ ਆ ਵੀ ਮੈਂ ਛੇਤੀ ਪਾਵਰਫੁੱਲ ਹੋ ਕੇ ਸਟੀਰਾਇਡ ਨਾਲ ਪਾਵਰ ਪਾ ਕੇ ਆਪਣੀ ਬੋਡੀ 'ਚ ਵੀ ਛੇਤੀ ਤਕੜਾ ਪਲੇਅਰ ਬਣ ਕੇ ਛੇਤੀ ਆਪਣਾ ਨਾਂ ਕਮਾਵਾਂ ਪੈਸਾ ਕਮਾਵਾਂ ਪਰ ਉਹ ਇਹ ਨਹੀਂ ਸੋਚਦਾ ਵੀ ਲੌਂਗ ਟਾਈਮ ਜਾ ਕੇ ਵੀ ਮੇਰੇ ਨਾਲ ਇਹ ਕੀ ਨੁਕਸਾਨ ਕਰੂਗਾ ਤੁਹਾਨੂੰ ਇਹ ਲੱਗਦਾ ਵੀ ਕਬੱਡੀ ਕੋਚ ਕਿਤੇ ਨਾ ਕਿਤੇ ਜ਼ਿੰਮੇਵਾਰ ਹੈਗੇ ਇਸ ਚੀਜ਼ ਦੇ ਹਾਂ ਕਬੱਡੀ ਕੋਚ ਕਾਫੀ ਹੈਗੇ ਇਹਦੇ ਵਿੱਚ ਹੁਣ ਕਈ ਕੋਚ ਇਦਾਂ ਤੁਰੇ ਫਿਰਦੇ ਆ ਵੀ ਨਾ ਉਹਨਾਂ ਨੇ ਕਬੱਡੀ ਖੇਡੀ ਨਾ ਖਿਲਾਈ ਉਹਨਾਂ ਨੂੰ ਇਹ ਸਟੀਰਾਇਡ ਬਾਰੇ ਜਾਂ ਹੋਰ ਇਹਨਾਂ ਚੀਜ਼ਾਂ ਬਾਰੇ ਨੌਲੇਜ ਆ ਸਾਨੂੰ ਇਹਨਾਂ ਬਾਰੇ ਇੰਨੀ ਨੌਲੇਜ ਆਏ ਨਹੀਂ ਉਹ ਉਹਨਾਂ ਨੂੰ ਕਰਾ ਰਹੇ ਆ ਤੇ ਉਹ ਵੀ ਬਹੁਤ ਜ਼ਿਆਦਾ ਉਹਨਾਂ ਦਾ ਹੱਥ ਹੈ ਖਰਾਬ ਕਰਨ ਦੇ ਵਿੱਚ ਤੇ ਪਲੇਅਰ ਨਹੀਂ ਦੇਖ ਰਿਹਾ ਵੀ ਸਾਨੂੰ ਸਾਡਾ ਕੋਚ ਕੀ ਖਿਲਾ ਰਿਹਾ ਤੇ ਉਹ ਚੱਕੀ ਜਾ ਰਿਹਾ ਫੱਟੇ ਪਰ ਜਾਣੀ ਪਲੇਅਰਾਂ ਨੂੰ ਸਾਡੇ ਨਾਲੋਂ ਜਿੱਦਾਂ ਜ਼ਿਆਦਾ ਵੱਧ ਪਤਾ ਨੈਟਾਂ ਨੁੱਟਾਂ 'ਤੇ ਦੇਖ ਕੇ ਵੀ ਇਹ ਆਹ ਟੀਕਾ ਕਿਹੜੀ ਪਾਵਰ ਪਾਉਂਦਾ ਕੀ ਕਰਦਾ ਹੈ ਸਾਨੂੰ ਤਾਂ ਇੰਨਾ ਹੀ ਪਤਾ ਵੀ ਜਿੱਦਾਂ ਅਸੀਂ ਸੁਣਿਆ ਵੀ ਇਹਦੇ ਸਾਈਡ ਇਫੈਕਟ ਲੌਂਗ ਟਾਈਮ ਜਾ ਕੇ ਬਹੁਤ ਹੁੰਦੇ ਆ ਵੀ ਇਹ ਚਾਹੀਦੀ ਨਹੀਂ ਜੇ ਸਾਈਡ ਇਫੈਕਟ ਹੁੰਦੇ ਤਾਂ ਹੀ ਜਿਵੇਂ ਸਰਕਾਰੀ ਗੇਮਾਂ ਕਹਿ ਲਓ ਜਾਂ ਓਲੰਪਿਕ ਕਹਿ ਲਓ ਏਸ਼ੀਆ ਕਹਿ ਲਓ ਉੱਥੇ ਤਾਂ ਹੀ ਸਟੀਰਾਇਡ ਬੰਦਾ ਤਾਂ ਹੀ ਨਹੀਂ ਕੋਈ ਕਰ ਸਕਦਾ ਹੈਗਾ ਉਹਨਾਂ ਦੇ ਟੈਸਟ ਹੁੰਦੇ ਤਾਂ ਉਹਨੂੰ ਪਲੇਅਰ ਨੂੰ ਕਿੰਨੇ ਕਿੰਨੇ ਸਾਲਾਂ ਵਾਸਤੇ ਬੈਨ ਕੀਤਾ ਜਾਂਦਾ ਜੇ ਉਹਨੇ ਮੈਡਲ ਵੀ ਜਿੱਤ ਲਓ ਤਾਂ ਮੈਡਲ ਵੀ ਵਾਪਸ ਲਿਆ ਜਾਂਦਾ ਤੇ ਉਹ ਜੇ ਉਹਦੇ ਨੁਕਸ ਤਾਂ ਹੀ ਬੈਨ ਹੈ ਨਾ ਇਹ ਸਟੀਰਾਇਡ ਤੇ ਸਾਡੇ ਇਹ ਕਬੱਡੀ ਚੱਲ ਰਹੀ ਹੈ ਇਹ ਇਕੱਲੇ ਪੰਜਾਬੀਆਂ 'ਚ ਚੱਲ ਰਹੀ ਹੈ ਚਾਹੇ ਉਹ ਐਨ ਆਰ ਆਈ ਹੈ ਖਾਸ ਕਰਕੇ ਤਾਂ ਐਨ ਆਰ ਆਈ ਉਹ ਕਰਾ ਰਹੇ ਆ ਜੇ ਇੰਡੀਆ 'ਚ ਵੀ ਮੈਚ ਹੁੰਦੇ ਤਾਂ ਵੀ ਉਹੀ ਕਰਾ ਰਹੇ ਆ ਐਨ ਆਰ ਆਈ ਬੰਦੇ ਹੀ ਤੇ ਉਹ ਕਰਾ ਰਹੇ ਆ ਤੇ ਇਹਦਾ ਕੋਈ ਟੈਸਟ ਨਹੀਂ ਹੈਗਾ ਕੋਈ ਕੁਛ ਨਹੀਂ ਤਾਂ ਕਰਕੇ ਪਲੇਅਰ ਬਸ ਖਿੱਚੀ ਤੁਰੇ ਜਾ ਰਹੇ ਆ ਇਹ ਬਸ ਡੋਪ ਟੈਸਟ ਨਹੀਂ ਹੁੰਦਾ ਕਬੱਡੀ 'ਚ ਪਾਲਟੀਬਾਜ਼ੀ ਬਣੀ ਹੋਈ ਹੈ ਹਾਲਾਂਕਿ ਉਹ ਹੋਣੀ ਨਹੀਂ ਚਾਹੀਦੀ ਉਹ ਪਾਲਟੀਬਾਜ਼ੀ ਨੇ ਕਬੱਡੀ ਖਤਮ ਕਰਤੀ ਪਾਲਟੀਬਾਜ਼ੀ ਵੀ ਮੋਸਟਲੀ ਜ਼ਿਆਦਾ ਬਾਹਰਲੇ ਮੁਲਕਾਂ 'ਚ ਪ੍ਰਮੋਟਰਾਂ ਦੀ ਉਹ ਆਪਸ ਵਿੱਚ ਤੇ ਉਹਦੇ ਕਰਕੇ ਜੇ ਇੱਕ ਟੈਸਟ ਕਰਾਉਂਦਾ ਤਾਂ ਦੂਆ ਕਹਿੰਦਾ ਇਹਨਾਂ ਦੇ ਟੈਸਟ ਗਲਤ ਹੈ ਦੂਆ ਕਰਾਉਂਦਾ ਕਹਿੰਦਾ ਤਾਂ ਇਹਨਾਂ ਦੇ ਟੈਸਟ ਗਲਤ ਹੈ ਤੇ ਉਹ ਇਕੱਠੇ ਨਹੀਂ ਹੋ ਰਹੇ ਹੈਗੇ ਜੇ ਸਾਰੀ ਕਬੱਡੀ ਇੱਕ ਜਗ੍ਹਾ 'ਤੇ ਇਕੱਠੀ ਹੋਵੇ ਰੂਲ ਰੈਗੂਲੇਸ਼ਨ ਇਕੱਠੇ ਬਣਨ ਟੈਸਟ ਇੱਕ ਜਗ੍ਹਾ 'ਤੇ ਹੋਣ ਫੈਡਰੇਸ਼ਨ ਚਾਹੇ ਅਲੱਗ ਅਲੱਗ ਆਪਣੇ ਮੈਚ ਕਰਾ ਸਕਦੀਆਂ ਕੋਈ ਇਹ 'ਚ ਐਡੀ ਬੜੀ ਇਸ਼ੂ ਨਹੀਂ ਹੈਗਾ ਪਰ ਜਿਹੜਾ ਇਹ ਚੀਜ਼ਾਂ ਨਾ ਵੀ ਇਹ ਇਕੱਠੀਆਂ ਆਉਣੀਆਂ ਚਾਹੀਦੀਆਂ ਤੇ ਉਹ ਆਪਣੇ ਆਪਣੀ ਹੁੰਮੇ 'ਚ ਪਏ ਹੋਏ ਆ ਪਤਾ ਨਹੀਂ ਕਾਹਦੇ 'ਚ ਸਮਝ ਨਹੀਂ ਲੱਗ ਰਹੀ ਵੀ ਕਬੱਡੀ ਵਾਲੇ ਉਹਨਾਂ ਨੂੰ ਵੀ ਦੇਖ ਰਿਹਾ ਹੁਣ ਕਿੰਨੇ ਹੀ ਪਲੇਅਰਾਂ ਦੀ ਡੈਥ ਹੋ ਚੁੱਕੀ ਆ ਖੇਡ ਦੇ ਟਾਈਮ 'ਚ ਹੋ ਰਹੀ ਹੈ ਸਰ ਕੀ ਨਾਮ ਮੱਖਣ ਸਿੰਘ ਡੀਪੀ 'ਚ ਰੱਖੀ ਸਰ ਅੱਜ ਸ਼ਾਹੀ ਸਪੋਰਟਸ ਕਾਲਜ ਕਬੱਡੀ ਕੋਚਸ ਦੀ ਮੀਟਿੰਗ ਹੋ ਰਹੀ ਹੈ ਕਿਸ ਸੰਬੰਧੀ ਹੋ ਰਹੀ ਹੈ ਇਹ ਰਾਣਾ ਧਾਮੀ ਦੇ ਸੱਦੇ ਦੇ ਉੱਤੇ ਪਲੇਅਰ ਬਚਾਓ ਮੂਵ ਦੇ ਅਧੀਨ ਇੱਕ ਕਾਲ ਦਿੱਤੀ ਗਈ ਹੈ ਅਤੇ ਕਬੱਡੀ ਦੇ ਵਿੱਚ ਕਬੱਡੀ ਖਿਡਾਰੀਆਂ ਦੀਆਂ ਹੋ ਰਹੀਆਂ ਮੁਕਤਾਂ ਅਤੇ ਚਿੰਤਾ ਜ਼ਾਹਰ ਕਰਦੇ ਹੋਏ ਕਿ ਇਸ ਕੰਮ ਨੂੰ ਕਿਵੇਂ ਰੋਕਿਆ ਜਾਵੇ ਕਬੱਡੀ ਨੂੰ ਕਲੀਨ ਕਿਵੇਂ ਕੀਤਾ ਜਾਵੇ
उस संबंध में मीटिंग कॉल की। ज़्यादातर कारण जो स्टीराइड ज नशा जी देखो जी इन खत्म करने वास्ते काफ़ी जतन किए गए हैं। ना तो एक दिन आया तो ना ही एक दिन खत्म होना, पर यह मतलब ये भी नहीं भी यह खत्म नहीं हो सकता। जे असी कोशिश करा तो खत्म होगा। ये वास्ते कोशिश पहला पंजाब कबड्डी फैडरेशन, नॉर्थ इंडिया कबड्डी फैडरेशन, मेजर लीग कबड्डी फैडरेशन ने की है। बहुत बार टैसट टुस्ट करवाए है, पर कई बार कई गलों के उत्ते बाहरलिया फैडरेशन की सहमति ना होने कारण ये दोबारा फिर चल पी है। क्योंकि कबड्डी का खिलारा एक बहुत व्डा वर्ल्ड लैवल के उत्ते व्डा है, तो वर्ल्ड लैवल के उत्ते कबड्डी करवाने वाले का कबड्डी फैडरेशन का जरा एक प्लेटफॉर्म नहीं बन रहा, जिस करके ये कंट्रोल नहीं हो। देखो जी किसी एक दोष नहीं दे सकते भी कि हाथ है तो कि नहीं। जिन्हें भी कबड्डी न रिलेटड बंदे है ना, जिन्हें भी वो एक दूजे के उत्ते चिक्कड़ ना सट्टण, वह सारी जिम्मेवार है। क्योंकि जब असी कबड्डी असी माँ खेड कहने दिनपरा दे विच काम करते हैं, जे इहदी नेकी वास्ते इहदे चंगे गुणा की चंगाई का एवज लैण नूं असी भज के मूहरे हुंदे हैं, तो जिहड़ियां इहदियां बुराइयां उहदी जिम्मेवार भी असी सारी हैं। हाँ जी बिल्कुल, एजुकेशन की बहुत घाट है। क्योंकि जिहड़ी हुंदी है शरीर दे विच शक्तिवर्धक दवाइयां की वरतों, वह कल्ली कबड्डी नहीं दुनिया की हरेक गेम विच हुंदी है, पर फिर भी बहुत सारिया शक्तिवर्धक इस तरह दवाइया होंगे जिहड़ियां बैन होंदियां, जिहड़ियां ओलंपिक एसोसीएशन वल्लों बैन कीतियां होंदियां। तो कबड्डी खिडारी ज़्यादा जिहड़े आ उह पेंडू इलाकियां नाल संबंधित होण करके जां जदों उहनां दा स्टार्ट है वह बगैर किसी निगरानी तो होण करके जां उहनां कोल डाइट चार्ट ना होण करके वह जिहड़े लै रहे एक दूजे दे देखा देखी रह रहे आ, इस करके इहदे विच इनवॉल्व होंदे जांदे आ। वह लेंदे तो आपके जाने चंगे वास्ते है, पर उन्होंने ये पता नहीं कि ये बैड इफेक्ट की है, ये मुक्तां भी हो सकती है। कोई भी नहीं चाहता हूँ कि उसकी मौत हो, पर फिर भी वो इन्हू लै रहे हैं। इस करके मैं कहूँगा ये ज्ञानत ही है उन्होंने, क्योंकि जिंदगी नाल तो कुछ भी नहीं चंगा। जो थोड़ी जिंदगी नहीं रही तो मशहूरी तो की लैना, इस करके अवेयरनेस की घाट है, जिस करके इस पास भी जा रहे। डाइट की प्रॉब्लम हैगी है, सारे पंजाब दे विच ही डाइट की प्रॉब्लम हैगी है। जिनी डाइट चाहिए है तो जिहड़े वर्ग के कबड्डी खिलाड़ी आ रहे हैं उन्होंने डाइट नहीं मिलती, इस करके वो तकड़े होने वास्ते कोई अल्टरनेटिव होर साधन लभदे हैं। जे उन्होंने प्रॉपर डाइट मिलती होवे, प्रॉपर खुराक होवे, उन्होंने स्टार्ट दे विच कोचिंग ठीक होवे, तो शायद इस पासे ना ही जांदे। सर नशे नूं कबड्डी दे विच कंट्रोल करन लई इह की उपराले कीते हैं? देखो नशे नूं कंट्रोल करना बेशक एक बहुत वड्डा काम है, ये कोई छोटा जिहा तां है नहीं गा। क्योंकि वैसे तो नशा सारी दुनिया के उत्ते ही है, तो सारे पंजाब दे विच ही है, सरकारां भी किन्ना जोर लाई जांदियां नशे नूं कंट्रोल करन वास्ते। बहुत वड्डे लैवल ते अवेयरनेस की लोड़ है। सब तो पहला इहदे विच जिन्ने कबड्डी प्रेमी है उन्होंने एके की लोड़ है, उन्हां विच स्पोर्ट्समैनशिप की लोड़ है। उन्होंने ये भावना छड़नी पैनी है कि असी जितिए असी जित गए, मैं ये भावना छड़नी पैनी है। तो जिन्ना चर वो स्पोर्ट्स का असली की मकसद है ये तो नहीं आते, तो ये नहीं समझते कि यार जो कबड्डी खेड रहे हैं वो मेरे धियां पुत्त अर्गे है, जे मेरे पुत्त नाल आए होंगे, ये भावना लैके नहीं आते। उन्हां चर कंट्रोल नहीं हो सकता, ये वास्ते एके की लोड़ है। तो एका करना एडा आसान नहीं गा, बहुत व्डे वर्ल्ड लैवल के उत्ते काम करना पैना है। पता नहीं क्यों इस पासे ध्यान नहीं जा रहा, सारे प्रमोटर का आपकी डुगडुगी बजाई जाते हैं, आपदिया टीमें बनाई जाते हैं, पाँच पाँच दस दस लख डालर एक टीम से लाई जाते हैं, सिर्फ एक मैं वास्ते मेरी क्लब जीती, मेरी क्लब जीती, मैं ही जीती, एने हिम्मत के मगर पै के ये असी कबड्डी का नुकसान करी जाते हैं। ये सारे वास्ते सोचने वाला विषय है, चिंताजनक विषय है कि पहला ये कबड्डी खेडने वाले बचाया जाए। जे कबड्डी खेडने वाले बचणगे तां ही थोड़ी कोई बल्ले बल्ले आ, जे कबड्डी थोड़ी बदनामी आई हुंदी रही जिन्हें मर्जी कप जीती चलो, ये दाग तुसीं आपदे तो ला नहीं सकदे। एक प्लेटफॉर्म के इकट्ठे होना ही पैना, एक दिन तुहानूं सोचना ही पैना। जिन्ना चिर यह साडे प्रमोटरां दे विच, साडे कोचां दे विच, साडे रेफरियां दे विच, कमेंटेटरां दे विच पहला अवेयरनैस आउणी है। जे साडे च अवेयरनैस आऊगी तां ही असीं प्लेयरां च अवेयरनैस लियावांगे। हुण तां प्लेयर
आपो तापी इन्ने हुए है कि वह प्रमोटरां दे कंट्रोल च भी नहीं, पैसे दे लालच भी नहीं, मर्जी करते हैं। इतने भी अवेयरनैस की घाट है क्योंकि गेम का तो कोई स्टैंडर्ड ही नहीं रह गया, गेम का तो कोई रूल ही नहीं रह गया, गेम की खेड भावना तो रही नहीं गई, खेड भावना ही खत्म हुई पई। ये जी असी ह्यूमन की दौड़ में पे हाँ, ये सारी ह्यूमन ही साड़ी जड़ है इस गल, ये तो सानू मुक्ति लेनी पैनी है। जिन्ना चर असं आपदी ह्यूमन तो मुक्ति नहीं लेंगे असी नशे को कंट्रोल नहीं कर सकते। मेरा नाम जसवीर सिंह सीरा, पिंड मेरा जरगड़ी आ। संबंधी नशा रहित भी कबड्डी हो जाए उसके वास्ते मीटिंग करी आ, तो असीं आप दी भी लीग चलाई आ, तो उहदे विच भी असीं इह नवे मुंडिआं नूं मौका दे रहे हाँ भी इंटरनैशनल प्लेयर असीं कोई खिलाउणा नहीं हैगा, तो जिहड़े नवे बच्चे नवे उठन उन्हां करके ही उपराला कर रहे हैं। कोच तां जी ਮੱਖਣ ਸਾਹਿਬ ਆਪਣੇ ਚੜਕ ਵਾਲੇ ਜੀ, ਠੀਕ ਆ ਜੀ, ਜਗਤਾਰ ਬਾਈ ਨੇ ਧਲੋਲੇ ਤੋਂ ਬਾਈ ਜੀ, ਹੈ ਨਾ, ਅਤੇ ਬੰਦੇ ਕਾਫੀ ਥੋੜ੍ਹੀ ਤਬੀਅਤ ਠੀਕ ਨਹੀਂ ਹੈਗੀ, ਬੋਲਿਆ ਘੱਟ ਜਾਂਦਾ। ਇਹਨੂੰ ਰੋਕਿਆ ਕਿਵੇਂ ਜਾ ਸਕਦਾ ਨਸ਼ੇ ਨੂੰ ਕਬੱਡੀ ਜੋ, ਕਿਉਂਕਿ ਅੱਜ ਤੋਂ 20 ਸਾਲ ਪਹਿਲਾਂ ਕਬੱਡੀ ਬਿਲਕੁਲ ਸਾਫ਼ ਹੁੰਦੀ ਸੀ। ਹਾਂਜੀ, ਜਿਹੜਾ ਨਸ਼ਾ ਵਧਾਇਆ ਵੀ ਹੈ ਨਾ, ਜ਼ਿਆਦਾ ਪ੍ਰੈਜ ਹੋਣ ਲੱਗ ਗਏ, ਪਿੰਡਾਂ ਦੇ ਵਿੱਚ ਨਾਮ ਜ਼ਿਆਦਾ ਹੋਣ ਲੱਗ ਗਏ, ਉਹਨੇ ਉਹਦੇ ਨਾਲ ਨਸ਼ਾ ਵਧਿਆ। ਕਿਉਂਕਿ ਹੁਣ ਜਿੱਦਾਂ ਅਸੀਂ ਲੀਗ ਚਲਾ ਰਹੇ ਹਾਂ, ਅਸੀਂ ਉਹਦੇ 'ਚ ਕੀ ਕੀਤਾ, ਅਸੀਂ ਪ੍ਰਾਈਜ਼ ਜੇ ਮੰਨ ਕੇ ਚਲੋ 25,000 ਰੱਖ ਰਹੇ ਹਾਂ, 20,000 ਸੈਕਿੰਡ ਨੂੰ, ਅਤੇ ਜਿਹੜੇ ਪਾਰਟੀਸਪੇਟ ਨੇ ਜਿੰਨੀਆਂ ਵੀ ਟੀਮਾਂ ਨੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਕਿਸੇ ਨੂੰ 2,000, ਕਿਸੇ ਨੂੰ 1,500, 2,500 ਉਹ ਸਾਰਿਆਂ ਨੂੰ ਦੇਣੇ ਪੈਸੇ। ਕਿਉਂਕਿ ਜਦੋਂ ਆਪਾਂ ਛੋਟੇ ਲੈਵਲ 'ਤੇ ਮੈਚ ਕਰਾਵਾਂਗੇ ਨਾ, ਪਹਿਲਾਂ ਵਾਂਗ ਜਿਕਣ ਪਹਿਲਾਂ ਪਿੰਡਾਂ ਦੇ ਵਿੱਚ ਹੁੰਦੇ ਸੀਗੇ, ਅਤੇ ਆਪੇ ਨਸ਼ਾ ਰਹਿਤ ਹੋਊਗਾ ਹੀ ਹੋਊਗਾ ਜੀ। ਕਿਉਂਕਿ ਅੱਜ ਦਾ ਜਿਹੜਾ ਯੂਥ ਆ ਜੀ, ਆਪਣੇ ਬਜ਼ੁਰਗਾਂ ਤੋਂ ਬੜਿਆਂ ਤੋਂ ਹੀ ਸਿੱਖ ਰਿਹਾ, ਜੇਕਰ ਕਬੱਡੀ ਦੇ ਵਿੱਚ ਨਸ਼ਾ ਆ ਗਿਆ ਤਾਂ ਯੂਥ ਤੁਹਾਡੇ ਤੋਂ ਕੀ ਪਲੇਅਰਾਂ ਤੋਂ ਕੀ ਸਿੱਖਿਆ ਲਓ? ਅਸੀਂ ਤਾਂ ਜੀ ਕੋਸ਼ਿਸ਼ ਕਰ ਰਹੇ ਹਾਂ, ਚਲੋ 20 ਸਾਲ ਮੈਂ ਵੀ ਕਬੱਡੀ ਖੇਡੀ ਆ, ਅਤੇ ਕੋਸ਼ਿਸ਼ ਕਰ ਰਹੇ ਹਾਂ ਵੀ ਨਸ਼ਾ ਨਾ ਆਵੇ, ਇਸ ਨੂੰ ਰਹਿਤ ਕਰਨ ਬਾਰੇ ਸੋਚ ਰਹੇ ਹਾਂ। ਬਹੁਤ ਜ਼ਿਆਦਾ ਉਪਰਾਲੇ ਕਰ ਰਹੇ ਹਾਂ, ਪਰ ਉਪਰਾਲੇ ਸਾਡੇ ਨਾਕਾਮ ਹੋਈ ਜਾਂਦੇ ਨੇ। ਪਰ ਅਸੀਂ ਕਾਰਨ ਕੀ ਹੈ? ਕਾਰਨ ਕੀ ਆ, ਮਤਲਬ ਜਿਹੜੇ ਪਲੇਅਰ ਨੇ ਉਹ ਚਾਹੁੰਦੇ ਨੇ ਵੀ ਅਸੀਂ 1,00,000 ਵੀ ਦੋ ਸਾਲ 'ਚ ਸਟਾਰ ਹੋ ਜਾਈਏ, ਵੱਡੇ ਬਣ ਜਾਈਏ, ਅਤੇ ਅਸੀਂ ਮੰਨ ਲਓ ਵੀ ਕੋਈ ਸਾਨੂੰ ਕੈਨੇਡਾ ਬੁਲਾਵੇ, ਅਮੈਰੀਕਾ ਬੁਲਾਵੇ, ਜਾਂ ਸਾਨੂੰ ਯੂਰਪ ਮੈਚ ਖੇਡਣ ਨੂੰ ਮਿਲਣ, ਇਸ ਕਰਕੇ ਨਸ਼ਾ ਵੱਧ ਰਿਹਾ ਹੀ ਜ਼ਿਆਦਾ। ਕਬੱਡੀ ਕੋਚ ਵੀ ਇਹਦੇ ਲਈ ਜ਼ਿੰਮੇਵਾਰ ਨਹੀਂ? ਕਬੱਡੀ ਕੋਚ ਜ਼ਿੰਮੇਵਾਰ ਤਾਂ ਨਹੀਂ ਹੈਗੇ, ਪਰ ਆਪਾਂ ਕੋਚਾਂ ਦਾ ਪਤਾ ਵੀ ਲੱਗਦਾ ਹੈਗਾ ਜਾਨੂ ਕਰ ਲੈਂਦੇ ਨੇ ਪਲੇਅਰ, ਜੇ ਪਤਾ ਲੱਗਦਾ ਵੀ ਆ ਕੁਛ ਨਾ ਕੁਛ, ਤਾਂ ਜੇ ਕੋਚ ਰੋਕਦੇ ਨੇ ਕਬੱਡੀ ਪਲੇਅਰਾਂ ਨੂੰ ਤਾਂ ਟੀਮ ਛੱਡ ਕੇ ਜਦੋਂ ਦੂਜੀ ਟੀਮ ਚਲੇ ਜਾਂਦੇ ਨੇ। ਲਭਾਉਂਦੇ ਨੇ ਉਹਨਾਂ ਨੂੰ? ਨਹੀਂ, ਆਪਾਂ ਪ੍ਰਮੋਟਰਾਂ ਨੂੰ ਵੀ ਨਹੀਂ ਕਹਿ ਸਕਦੇ ਸਾਰਾ ਕੁਝ, ਵੀ ਪ੍ਰਮੋਟਰ ਕਰਾ ਰਹੇ ਨੇ ਉਹ ਤਾਂ ਕਰ ਰਹੇ ਨੇ ਉਹ ਵੀ, ਅਸੀਂ ਜੇ ਮਤਲਬ ਡਰੱਗ ਕਰਦੇ ਹਾਂ ਜਾਂ ਕੋਈ ਵੀ ਨਸ਼ਾ ਕਰਦੇ ਹਾਂ ਤਾਂ ਜੇ ਅਸੀਂ ਵਧੀਆ ਖੇਡਾਂਗੇ ਤਾਂ ਹੀ ਸਾਨੂੰ ਬਾਹਰਲਾ ਕੋਈ ਲੈ ਕੇ ਜਾਊਗਾ, ਆਪਾਂ ਪ੍ਰਮੋਟਰਾਂ ਉਹਨਾਂ ਨੂੰ ਕਿੱਦਾਂ ਲੈ ਸਕਦੇ ਹਾਂ ਇੱਦਾਂ, ਠੀਕ ਹੈ ਨਾ, ਵੀ ਉਹ ਕਰਵਾ ਰਹੇ ਨੇ ਉਹ ਤਾਂ ਉਹਨਾਂ ਤੋਂ ਹਾਲੇ ਪਤਾ ਵੀ ਨਹੀਂ ਹੈਗਾ। ਹੁਣ ਇੱਕ ਪਲੇਅਰ ਉੱਠ ਰਿਹਾ, ਨਵਾਂ ਉੱਠ ਰਿਹਾ, ਮੰਨ ਲਓ ਕੋਈ ਵੀ ਡਰੱਗ ਲੈ ਰਿਹਾ ਉਹ, ਠੀਕ ਹੈ ਨਾ, ਉਹਨਾਂ ਨੂੰ ਕਿਹੜਾ ਪਤਾ ਵੀ, ਜਾਂ ਕੋਈ ਉਹਨੂੰ ਬਾਹਰਲਾ ਪ੍ਰਮੋਟਰ ਕਹਿ ਰਿਹਾ, ਇਹ ਜ਼ਰੂਰ ਆ ਵੀ ਹਾਂ ਵਧੀਆ ਖੇਡਣ ਲਈ ਬੰਦਾ ਕੁਛ ਨਾ ਕੁਛ ਕਰਦਾ, ਪਰ ਆਪਾਂ ਸੋਚਦੇ ਵੀ ਇਹ ਚੀਜ਼ ਨਹੀਂ ਚਾਹੀਦੀ। ਕਿਤੇ ਨਾ ਕਿਤੇ ਡਾਈਟ ਕੀ ਤੁਹਾਨੂੰ ਲੱਗਦਾ ਵੀ? ਡਾਈਟ ਪਹਿਲਾਂ ਵਾਲੀਆਂ ਡਾਈਟਾਂ ਤਾਂ ਰਹੀਆਂ ਹੀ ਹੈ ਨਹੀਂ ਗੀਆਂ, ਹੁਣ ਕਿੰਨੇ ਕੁ ਪਲੇਅਰ ਨੇ, ਮੈਨੂੰ ਲੱਗਦਾ ਵੀ ਸਾਰੇ ਪਲੇਅਰ ਘੋਟਾ ਬਦਾਮ ਜਾਂ ਕੁਛ ਇੱਦਾਂ ਦੀਆਂ ਚੀਜ਼ਾਂ ਲੈਂਦੇ ਹੋਣਗੇ, ਮੈਨੂੰ ਤਾਂ ਪ੍ਰੋਟੀਨ 'ਤੇ ਚੱਲਿਆ ਗਿਆ ਸਾਰਾ ਕੁਛ, ਸਭ ਕਹਿੰਦੇ ਪ੍ਰੋਟੀਨ 'ਚ ਆ ਸਭ ਕੁਝ, ਜੋ ਹੈਗਾ ਪ੍ਰੋਟੀਨ 'ਚ ਆ, ਡਾਈਟ ਛੱਡ ਰਹੇ ਨੇ, ਡਾਈਟ ਛੱਡ ਰਹੇ ਨੇ, ਇਸ ਕਰਕੇ ਜ਼ਿਆਦਾ ਸੰਦੇਸ਼ ਅੱਜ ਦੇ ਪਲੇਅਰਾਂ ਨੂੰ ਕੀ ਮੈਸੇਜ ਕੀ ਦੇਣਾ ਚਾਹੁੰਦੇ? ਮੈਸੇਜ ਤਾਂ ਇਹੀ ਚਾਹੁੰਦੇ ਹਾਂ ਅਸੀਂ ਤਾਂ ਵੀ ਪ੍ਰੈਕਟਿਸ ਕਰੋ, ਵੀ ਦੁੱਧ ਪਿਓ, ਜੋ ਹੋ ਡਾਈਟਾਂ ਬਦਾਮ ਹੋ ਗਿਆ ਜਾਂ ਚੀਜ਼ਾਂ ਲਓ, ਵੀ ਤਾਂ ਚਾਹੁੰਦੇ ਹਾਂ ਵੀ ਜੇ ਤੁਸੀਂ ਲੰਬਾ ਟਾਈਮ ਖੇਡਣਾ ਔਰ ਲੰਬਾ ਟਾਈਮ ਆਪਣੀ ਜ਼ਿੰਦਗੀ ਬਤੀਤ ਕਰਨੀ ਆ, ਉਹਦੇ ਲਈ ਤਾਂ ਬਿਨਾਂ ਸਿਆ ਤੋਂ ਰਹਿਤ ਹੀ ਰਹਿਣਾ ਚਾਹੀਦਾ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ ਯੂਟਿਊਬ ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਤੇ ਨਾਲ ਹੀ ਬੈਲ ਆਈਕਨ ਵੀ ਆਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਤੋਂ ਨਵੀਂ ਕੋਈ ਨਿਊਜ਼ ਅਪਲੋਡ ਕਰੀਏ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ।